ਮੈਂ ਬਿਕਰਮ ਸਿੰਘ ਨਾਲ ਗੱਲ ਕਰਦੀ ਹਾਂ। ਜੇ ਇਹ ਲੋਕ ਮਰ ਗਏ, ਇਹਨਾਂ ਨੂੰ ਕੁਝ ਹੋ ਗਿਆ ਤੇ ਸਾਨੂੰ ਕੌਣ ਬਚਾਏਗਾ? ਫਿਰ ਤੇ ਸਾਰਾ ਸ਼ਹਿਰ ਮਰੇਗਾ। ਪਰ ਸੀਐਮ ਸ਼ੁੱਡ ਬੀ ਦੇਅਰ, ਉਹਨੂੰ ਇੱਥੇ ਚਾਹੀਦਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਚ ਆਪਣਾ ਅੱਡਾ ਬਣਾਉਣ, ਇੱਥੇ ਆਪਣਾ ਹੈੱਡਕੁਆਰਟਰ ਬਣਾਉਣ। ਜੇ ਕੋਰੋਨਾ ਹੱਬ ਬਣ ਚੁੱਕਾ, ਸ਼ਹਿਰ ਵਾਸੀਆਂ ਨੂੰ ਦੇਣਾ ਚਾਹੁੰਦਾ ਵਾ ਕਿ ਲੰਗਰ ਦੀ ਸੇਵਾ ਅਸੀਂ ਸ਼ੁਰੂ ਕੀਤੀ ਸੀ। ਸਿੰਗਲ ਪੈਨੀ ਨਹੀਂ ਕਿਸੇ ਕੋਲੋਂ ਲੈ ਰਹੇ, ਸ਼ਹਿਰ ਵਾਸੀ ਲੰਗਰ ਦੇ ਰਹੇ ਨੇ। ਉਹਦੇ ਨਾਲ ਨਾਲ ਜਿਹੜੀਆਂ ਹੌਸਪੀਟਲ, ਜਿਹੜਾ ਸਾਡਾ ਸਟਾਫ ਹੈ, ਦੇਖੋ ਤਿੰਨ ਜਣੇ ਸਮਾਜ 'ਚ ਇਸ ਵੇਲੇ ਸੇਵਾ ਕਰ ਰਹੇ ਨੇ, ਡਾਕਟਰ ਚਾਰ ਜਣੇ, ਸਫਾਈ ਮੈਡੀਕਲ ਤੇ ਮੀਡੀਆ। ਤੁਸੀਂ ਲੋਕ ਲੋੜਾਂ, ਲੋਕਾਂ ਤੱਕ ਲੋੜਾਂ ਦੱਸ ਦਿੰਦੇ ਹੋ, ਲੋਕ ਉਹਨਾਂ ਨੂੰ ਕੁੰਮੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਜਿਹੜਾ ਗੱਲ ਦਾ ਮੁੱਦਾ ਭਖ ਰਿਹਾ, ਬਹੁਤ ਜ਼ਿਆਦਾ ਗੰਭੀਰ ਹੈ। ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਇਹ ਜਿੰਨੇ ਮਤਲਬ ਕਿ ਖੜੀਆਂ ਨੇ ਨਰਸਾਂ, ਇੱਥੇ 10,000 ਰੁਪਇਆ ਸੈਲਰੀ ਹੈ, ਜਿਹਦੇ ਵਿੱਚੋਂ ਕੱਟ ਕਟਾ ਕੇ 9,000 ਰੁਪਇਆ ਇਹਨਾਂ ਨੂੰ ਮਿਲਦਾ। 250 ਜਿਹੜੀ ਨਰਸ ਇੱਥੇ ਔਰ ਬਾਕੀ ਹੋਰ ਪੰਜਾਬ ਦੇ ਵਿੱਚ ਹੈਗੀਆਂ ਨੇ। ਮੈਨੂੰ ਅੱਜ ਦੇ ਦੌਰ 'ਚ ਸਵਾਲ ਦਾ ਜਵਾਬ ਦੇ ਦਿਓ ਕਿ ਅੱਜ ਦੇ ਦਿਨ 'ਚ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਕੰਮ ਵਾਲੀ ਮੈਨੂੰ 10,000 ਤੋਂ ਥੱਲੇ ਰੱਖ ਕੇ ਵਿਖਾ ਦਿਓ। ਇਹਨਾਂ ਦਿਨਾਂ ਦੇ ਹਾਲਾਤਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਜਿਹੜੇ ਬਣਾਏ ਹੋਏ ਨੇ। ਇਹਨਾਂ ਕੋਲ ਮਾਸਕ ਦੀ ਕਮੀ ਹੈ, ਗਲਵਸ ਨਹੀਂ ਹੈਗੇ, ਸੈਨੇਟਾਈਜ਼ਰ ਨਹੀਂ ਮਿਲਦਾ। ਇੱਥੋਂ ਤੱਕ ਕਿ ਵਾਰਡ 'ਚ ਮੇਨ ਜੇ ਕੋਰੋਨਾ ਪੇਸ਼ੈਂਟ ਹੈ ਜਾਂ ਜਿਹੜਾ ਮਤਲਬ ਸਸਪੈਕਟਡ ਹੈ, ਉਹਦਾ ਬੁਖਾਰ ਚੈੱਕ ਕਰਨਾ ਅਤੇ ਥਰਮਾਮੀਟਰਾਂ ਦੀ ਘਾਟ ਹੈ, ਉਹਦੇ ਲਈ ਅੱਜ ਅਸੀਂ ਇੱਕ ਉਪਰਾਲਾ ਕਰਨ ਸ਼ੁਰੂ ਜਾ ਰਹੇ ਹਾਂ, ਕਿਉਂਕਿ ਰਾਸ਼ਨ ਵਾਲੀ ਸਾਡੀ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ, ਟੀਮ ਉੱਥੇ ਸੈੱਟ ਹੈ। ਇਸ ਤੋਂ ਬਾਅਦ ਅਸੀਂ ਮੈਡੀਕਲ ਹੈਲਥ ਦੇ ਉੱਤੇ ਜਿਹੜਾ ਇਹਨਾਂ ਦੇ ਸਟਾਫ ਦਾ ਜਿਹੜਾ ਸਮਾਨ ਹੈ ਉਹਦੇ ਵਾਸਤੇ, ਜਾਂ ਕੋਈ ਕਿਸੇ ਪੇਸ਼ੈਂਟ ਲਈ, ਹੋਰ ਬਹੁਤ ਹਸਪਤਾਲ ਬੰਦ ਹੋ ਗਏ ਨੇ, ਕਿਸੇ ਕੰਮ ਕੋਈ ਹੋਰ ਪੇਸ਼ੈਂਟ ਉੱਥੇ ਇਲਾਜ ਹੀ ਨਹੀਂ ਹੋ ਰਿਹਾ, ਉਹਨਾਂ ਚੀਜ਼ਾਂ ਵੱਲ ਅਸੀਂ ਅੱਜ ਤੋਂ ਬਾਅਦ ਧਿਆਨ ਦੇਵਾਂਗੇ। ਜੇ ਇਹ ਲੋਕ ਮਰ ਗਏ, ਇਹਨਾਂ ਨੂੰ ਕੁਝ ਹੋ ਗਿਆ ਤੇ ਸਾਨੂੰ ਕੌਣ ਬਚਾਏਗਾ? ਫਿਰ ਤੇ ਸਾਰਾ ਸ਼ਹਿਰ ਮਰੇਗਾ। ਇਹ ਘਰ 'ਚ ਵੀ ਜਾਂਦੇ ਨੇ ਬਿਨਾਂ ਮਾਸਕ, ਬਿਨਾਂ ਸਾਰਾ ਕੁਝ, ਇਹਨਾਂ ਨੂੰ ਮਿਲਦਾ ਨਹੀਂ, ਇਹਨਾਂ ਦੇ ਪਰਿਵਾਰ ਦੇ ਜੀਅ ਵੀ ਖਤਰੇ 'ਚ ਨੇ। ਇਹ ਸਾਰਾ ਕੁਝ ਧਿਆਨ 'ਚ ਰੱਖਣਾ ਚਾਹੀਦਾ। ਪਹਿਲੀ ਗੱਲ ਤੇ ਜੇ ਕੋਰੋਨਾ ਪੇਸ਼ੈਂਟ ਆ ਗਿਆ ਜੋ ਪੋਜ਼ਿਟਿਵ ਹੈ ਤੇ ਇਹਨਾਂ ਨੂੰ ਬਿਲਕੁਲ ਉਸੇ ਵੇਲੇ ਦੱਸ ਦੇਣਾ ਚਾਹੀਦਾ ਤਾਂ ਜੋ ਇਹ ਆਪਣੀ ਵੀ ਸਾਵਧਾਨੀ ਵਰਤ ਲੈਣ, ਇੰਨਾ ਇਹਨੂੰ ਇਗਨੋਰ ਨਾ ਕੀਤਾ ਜਾਵੇ। ਔਰ ਦੂਜੀ ਚੀਜ਼, ਅੱਜ ਕਿਸੇ ਦੇ ਘਰ 'ਚ ਕੋਰੋਨਾ, ਕਿਸੇ ਦੇ ਘਰ 'ਚ ਕੋਈ ਪੇਸ਼ੈਂਟ ਹੈ, ਉਹ ਸਰਕਾਰ ਨੂੰ ਦੱਸ ਹੀ ਨਹੀਂ ਰਿਹਾ ਕਿ ਮੈਨੂੰ ਹੈਗਾ। ਕਾਰਨ ਉਹਦਾ ਇਹ ਹੈ ਕਿ ਇੱਥੇ ਨਾ ਕੋਈ ਇੰਤਜ਼ਾਮ ਹੀ ਨਹੀਂ ਹੈਗੇ। ਭਾਈ ਨਿਰਮਲ ਸਿੰਘ ਹੋਣਾ ਦੀ ਰਿਕਾਰਡਿੰਗ ਤੁਸੀਂ ਸਾਰਿਆਂ ਨੇ ਸੁਣੀ ਹੈ, ਉਹ ਵਾਇਰਲ ਹੋ ਰਹੀ ਹੈ। ਜੇ ਉਹ ਸੱਚੀ ਹੈ ਤੇ ਫਿਰ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਮੇਰੀ ਇਹ ਡਿਮਾਂਡ ਹੈ, ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ, ਇਸ ਸ਼ਹਿਰ ਨੂੰ ਪਿਆਰ ਕਰਨ ਦੇ ਵਾਸਤੇ, ਇਸ ਦੇਸ਼ ਪ੍ਰੇਮੀ ਹੋਣ ਦੇ ਨਾਤੇ, ਕਿ ਉਹਨਾਂ ਦੀ ਜਿਹੜੀ CCTV ਫੁਟੇਜ ਹੈ ਉਹ ਜਾਰੀ ਕੀਤੀ ਜਾਵੇ ਕਿ ਉਹ ਕਿਹੜੇ ਹਾਲਾਤਾਂ 'ਚ ਰਹੇ, ਉਹਨਾਂ ਨੂੰ ਕੀ ਕਮੀਆਂ ਆਈਆਂ, ਕੀ ਉਹ ਰਿਕਾਰਡਿੰਗ ਉਹਨਾਂ ਦੀ ਸੱਚ ਹੈ। ਤੇ ਫਿਰ ਜਿਹੜਾ ਜਿਹੜਾ ਬੰਦਾ ਸਿਆਸੀ ਤੌਰ ਤੇ ਉੱਤੇ ਜ਼ਿੰਮੇਵਾਰ ਹੈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਇਹਨਾਂ ਦੇ ਲੋੜਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਇੱਕ ਗੱਲ ਹੋਰ, ਅੰਮ੍ਰਿਤਸਰ ਨੂੰ ਕੋਰੋਨਾ ਹੱਬ ਬਣਾ ਕੇ ਰੱਖ ਦਿੱਤਾ। ਹੁਸ਼ਿਆਰਪੁਰ ਤੋਂ ਪੇਸ਼ੈਂਟ ਆਉਂਦਾ ਇੱਥੇ, ਜਲੰਧਰ ਤੋਂ ਪੇਸ਼ੈਂਟ ਆਉਂਦਾ ਇੱਥੇ, ਕਪੂਰਥਲੇ ਤੋਂ ਪੇਸ਼ੈਂਟ ਆਉਂਦਾ ਇੱਥੇ। ਅਸੀਂ ਅੰਮ੍ਰਿਤਸਰੀਏ ਹਾਂ, ਅਸੀਂ ਦਿਲ ਖੋਲਦੇ ਹਾਂ, ਸਾਡੇ ਘਰਾਂ 'ਚ ਵੀ ਰੱਖੋ, ਅਸੀਂ ਨਾ ਨਹੀਂ ਕਰਾਂਗੇ ਇਸ ਗੱਲ ਨੂੰ। ਪਰ ਸੀਐਮ ਸ਼ੁੱਡ ਬੀ ਦੇਅਰ, ਉਹਨੂੰ ਇੱਥੇ ਚਾਹੀਦਾ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਆਪਣਾ ਅੱਡਾ ਬਣਾਉਣ, ਇੱਥੇ ਆਪਣਾ ਹੈੱਡਕੁਆਰਟਰ ਬਣਾਉਣ। ਜੇ ਕੋਰੋਨਾ ਹੱਬ ਬਣ ਚੁੱਕਾ, ਉਹ ਕਿਉਂ ਨਹੀਂ ਆਉਂਦੇ ਇੱਥੇ? ਕਿ ਉਹਨਾਂ ਨੂੰ ਕਰਫਿਊ ਪਾਸ ਦੀ ਲੋੜ ਹੈ? ਇੱਥੋਂ ਬਣਵਾ ਦਈਏ DC ਕੋਲ ਉਹਨਾਂ ਨੂੰ? ਉਹ ਫੌਜੀ ਰਹੇ ਨੇ, ਫੌਜੀ ਦਾ ਕੰਮ ਹੁੰਦਾ ਜੰਗ 'ਚ ਲੜਨਾ। ਮੈਂ ਉਹਨਾਂ ਦੇ ਲੈਕਚਰ ਸੁਣਦਾ ਰਿਹਾ, ਮੈਂ ਉਹਨਾਂ ਨਾਲ ਸਟੇਜਾਂ ਸਾਨੀਆਂ ਕਰਦਾ ਰਿਹਾ ਵਾਂ। ਉਹ ਹਮੇਸ਼ਾ ਕਹਿੰਦੇ ਸੀ ਮੈਂ ਜੰਗ 'ਚ ਅੱਗੇ ਲੜਿਆ। ਇਹ ਕੋਰੋਨਾ ਨਾਲ ਜੰਗ ਹੈ, ਫਿਰ ਇੱਥੇ ਕਿਉਂ ਨਹੀਂ ਆਇਆ ਜਾ ਰਿਹਾ?
ਔਰ ਕੱਲ ਤੁਸੀਂ ਦੇਖੋ ਹਸਪਤਾਲਾਂ ਦੇ ਹਾਲਾਤ ਕੀ ਬਣਾ ਕੇ ਰੱਖ ਦਿੱਤੇ ਆ। ਕਰੋਨਾ ਇੰਨਾ ਹਾਵੀ ਹੋ ਗਿਆ, ਸਾਰੇ ਰਿਸ਼ਤੇ, ਸਾਰੀ ਇਨਸਾਨੀਅਤ ਮਰ ਚੁੱਕੀ ਆ। ਇੱਕ ਲੇਡੀ ਸੀਗੀ, ਉਹਨੂੰ ਡਿਲੀਵਰੀ ਉਹਦੀ ਹੋਣੀ ਸੀ, ਕਿਸੇ ਹਸਪੀਟਲ ਨੇ ਬੂਹਾ ਨਹੀਂ ਖੋਲਿਆ ਔਰ ਸੜਕ ਦੇ ਤਖਤੇ ਦੇ ਉੱਤੇ ਹੋਣ ਦੀ ਉਹਦੀ ਜਿਹੜੀ ਡਿਲੀਵਰੀ ਕਰਾਉਣੀ ਪਈ। ਇਹ ਹਾਲਾਤ ਨੇ, ਫੰਡ ਕਿੱਥੇ ਗਏ? ਅੱਜ ਸਾਰੇ ਹਸਪਤਾਲਾਂ ਨੂੰ, ਸਾਰੀ ਐਡਮਿਨਿਸਟ੍ਰੇਸ਼ਨ ਨੂੰ, ਸਾਰੇ ਸਿਆਸੀ ਲੀਡਰਾਂ ਨੂੰ ਨੰਗਾ ਕਰਕੇ ਰੱਖ ਦਿੱਤਾ ਕਿ ਜਿਹੜੇ ਸੈਂਟਰ ਤੋਂ ਫੰਡ ਆਉਂਦੇ ਸੀ, ਜਿਹੜੀਆਂ ਦੂਜੀਆਂ ਤੀਜੀਆਂ ਚੀਜ਼ਾਂ ਸੀਗੀਆਂ ਉਹ ਕਿੱਥੇ ਗਈਆਂ ਅੱਜ ਵਰਤੋਂ ਚ ਨਹੀਂ। ਮੈਂ ਤੁਹਾਨੂੰ ਹਿੰਦੁਸਤਾਨ ਦੀ ਡਿਟੇਲ ਦੱਸਣ ਲੱਗਾ, ਵਾਸ਼ਿੰਗਟਨ ਅਖਬਾਰ ਤੋਂ ਮੈਂ ਕੱਢ ਕੇ ਲਿਆਇਆ ਸਾਰੀ ਕਿ 130 ਕਰੋੜ ਦੀ ਆਬਾਦੀ ਹੈ, 11,600 ਬੰਦੇ ਦੇ ਮਗਰ ਇੱਕ ਡਾਕਟਰ ਹੈ ਸਾਡੇ ਨਾਲ, 84,000 ਬੈੱਡ, 84,000 ਬੰਦੇ ਨੂੰ ਇੱਕ ਬੈੱਡ ਮਿਲਦਾ ਆਈਸੋਲੇਸ਼ਨ ਦਾ। ਇਹ ਹਾਲਾਤ ਨੇ, 40,000 ਜਿਹੜੇ ਵੈਂਟੀਲੇਟਰ ਆਲ ਓਵਰ ਇੰਡੀਆ ਦੇ ਵਿੱਚ ਨੇ ਕਿ ਅਸੀਂ ਕਰੋਨਾ ਨਾਲ ਲੜਾਂਗੇ, ਉਹ ਵੀ ਆਲਰੇਡੀ ਕਿੰਨੇ ਯੂਜ਼ ਹੋ ਰਹੇ ਨੇ, ਕਿੰਨੇ ਨਹੀਂ ਚੱਲ ਰਹੇ। ਇਹਨਾਂ ਸਾਰੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ। 3 ਟਾਈਪ ਦੇ ਬੈੱਡ ਨੇ, ਆਈਸੋਲੇਸ਼ਨ, ਕੁਆਰੰਟਾਈਨ ਤੇ ਨਾਰਮਲ ਬੈੱਡ। 36,000 ਬੰਦੇ ਮਗਰ ਇੱਕ ਕੁਆਰੰਟਾਈਨ ਬੈੱਡ ਹੈ, 1826 ਬੰਦੇ ਦੇ ਮਗਰ ਇੱਕ ਨਾਰਮਲ ਬੈੱਡ ਹੈ। ਇਹ ਜਿਹੜਾ ਅਫੀਸ਼ੀਅਲ ਡਾਟਾ ਕਦੀ ਵੀ ਪੂਰਾ ਨਹੀਂ ਹੁੰਦਾ, ਇਸ ਤੋਂ ਘੱਟ ਹੋਣਗੇ। ਸਰਕਾਰ ਕਿਸ ਤਰ੍ਹਾਂ ਲੜਨਾ ਚਾਹੁੰਦੀ ਹੈ? ਲੋਕ ਗਰੀਬੀ ਨਾਲ ਮਰ ਰਹੇ ਆ, ਭੁੱਖ ਨਾਲ ਮਰ ਰਹੇ ਆ, ਇਹਨਾਂ ਦੀ ਇਹ ਹਾਲਾਤ ਬਣਾ ਕੇ ਰੱਖ ਦਿੱਤੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੱਲ ਵੀ ਬੇਨਤੀ ਕੀਤੀ ਸੀ ਕਿ ਸਵੇਰੇ ਸਵੇਰੇ ਫੋਨ ਫੜ ਦਿਓ, ਤੁਸੀਂ SSP DC ਹੋਰ ਆਫਿਸਰ ਨੂੰ ਫੋਨ ਲਾਉਂਦੇ ਹੋ, ਹੈਲੋ ਬੇਟਾ ਹਾਊ ਆਰ ਯੂ ਫਾਈਨ, ਉਹ ਕਹਿੰਦੇ ਨੇ ਯੈਸ ਸਰ। ਉਹ ਤੁਹਾਨੂੰ ਨਹੀਂ ਦੱਸ ਸਕਦੇ, ਉਹ ਤੁਹਾਨੂੰ ਨਹੀਂ ਬੋਲ ਸਕਦੇ ਹਾਲਾਤ ਮਾੜੇ ਨੇ, ਕਿਉਂਕਿ ਤੁਸੀਂ ਡਿਸਮਿਸ ਕਰ ਦੋਗੇ। ਇੰਨਾ ਤੋਂ ਮੇਰੀ ਕਿਸੇ ਭੈਣ ਨੂੰ ਫੋਨ ਕਰਕੇ ਪੁੱਛੋ ਤੁਹਾਨੂੰ ਹਾਲਾਤ ਦੱਸੇ, ਪੰਜਾਬ ਦੇ ਕੀ ਨੇ, ਕਿਵੇਂ ਲੜ ਰਹੇ ਹੋ। ਭਾਈ ਨਿਰਮਲ ਸਿੰਘ ਦੀ ਜਿਹੜੀ ਇੱਥੇ ਪਦਮ ਸ਼੍ਰੀ ਬੰਦਾ ਹੋਵੇ ਤੇ ਸਰਕਾਰ ਨੂੰ ਸਿੱਧਾ ਦਖਲ ਦੇਣਾ ਚਾਹੀਦਾ ਸੀ ਉਹਦੇ ਲਈ, ਤੇ ਵਾਰਡ ਕੀ ਇੱਕ ਕੋਠੀ ਤੱਕ ਲੈ ਕੇ ਉਹਨੂੰ ਕਰਨਾ ਚਾਹੀਦਾ ਸੀ। ਇੰਨੀ ਦੁਰਗਤ ਨਾ ਕਰੋ ਪੰਜਾਬੀਆਂ ਦੀ। ਔਰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਪੈਸਾ ਤੁਹਾਡੇ ਕੋਲ ਲੰਗਰ ਲਈ ਵੀ ਨਹੀਂ ਮੰਗਿਆ, ਵੱਖ ਵੱਖ NGO ਵੱਖ ਵੱਖ ਸੰਸਥਾਵਾਂ ਨੇ ਇਹਨਾਂ ਨਰਸਿਸ ਨੂੰ ਗਲਵਸ, ਸੈਨੇਟਾਈਜ਼ਰ, ਇਹਦੇ ਨਾਲ ਨਾਲ ਮਾਸਕ ਔਰ ਜਿਹੜੀਆਂ ਇਹਨਾਂ ਦੀਆਂ PPE ਕਿੱਟ ਨੇ ਉਹ ਇਹਨਾਂ ਨੂੰ ਨਹੀਂ ਮਿਲ ਰਹੀਆਂ। ਸ਼ਹਿਰ ਵਾਸੀ, ਜੇ ਸਰਕਾਰ, ਮੈਂ ਪੰਜਾਬੀ ਚ ਕਹਾਂ, ਨਮਰਦ ਬਣ ਚੁੱਕੀ ਹੈ, ਤੇ ਸ਼ਹਿਰ ਵਾਸੀ ਉਹ ਇਕੱਠੇ ਹੋਵੋ, ਇਹ ਲੋਕ ਬਚਣਗੇ ਤੇ ਅਸੀਂ ਬਚਾਂਗੇ, ਨਹੀਂ ਤੇ ਨਹੀਂ ਬਚ ਸਕਦੇ।